ਬਾਪੂ ਸੰਤੋਖ ਸਿੰਘ ਜੀ ਨੂੰ ਤੁਸੀਂ ਬਹੁਤ ਵਾਰ ਵੇਖਿਆ, ਚਰਚਿਤ ਚਿਹਰੇ ਨੇ, ਕਿਉਂਕਿ ਬਾਪੂ ਜੀ ਦੀ ਅੱਖ 'ਤੇ ਗੋਲਾ ਵੀ ਵੱਜਦਾ ਹੈ ਜਦੋਂ ਪੁਲਿਸ ਦੇ ਵੱਲੋਂ ਹਮਲਾਵਰ ਰੁੱਖ ਅਖਤਿਆਰ ਕਰ ਲਿਆ ਜਾਂਦਾ ਹੈ। ਇਹ ਆਇਆ ਵੀ ਅਸੀਂ ਯਾਰ ਆਰਾਮ ਨਾਲ ਬੈਠੇ ਹਾਂ ਅਤੇ ਮੈਂ ਉਹ ਪ੍ਰਸ਼ਾਸਨ ਵਾਲੇ ਸਾਨੂੰ ਕੇਸ ਛੱਡਦੇ, ਅਸੀਂ ਤਾਂ ਆਰਾਮ ਨਾਲ ਬੈਠੇ ਹਾਂ। ਮੁੜ ਕੇ ਪਰਮਾਤਮਾ ਜ਼ਿਆਦਾ ਇੰਨਾ ਫਿਰ ਗੁੱਸਾ ਆ, ਫਿਰ ਮੈਂ ਕਿਹਾ ਛੇੜਿਆ ਜਾਓ ਇੱਧਰ ਆ ਜਾਓ, ਫਿਰ ਤੁਸੀਂ ਆਪਣੀ ਕਰ ਰਹੇ ਆਪਣੀ ਕਰਾਂਗੇ। ਉਸ ਟਾਈਮ 'ਤੇ ਮੇਰਾ ਤਾਂ ਸ਼ਾਇਦ ਉਹਨੂੰ ਭਏ ਲੱਗਾ, ਉਸ ਟਾਈਮ 'ਤੇ ਉਹਨੂੰ ਬੰਨ੍ਹ ਕੇ ਨਿਸ਼ਾਨਾ ਮਾਰਿਆ, ਉਦੋਂ ਇੱਥੇ ਆ ਗਿਆ ਲੱਗਾ ਸਾਡੇ। ਫਿਰ ਅਸੀਂ ਬੱਚਿਆਂ ਨੂੰ ਲਕਰਾ ਮਾਰਿਆ ਸਿੱਧਾ ਜ਼ੋਰ ਦੀ, ਉਹ ਆਪਾਂ ਲੜਨਾ ਹੈ, ਉਹ ਸਟਾਕ ਲੈਣਾ ਹੈ, ਕੀ ਕਰਦੇ ਤੁਸੀਂ ਭੱਜਣਾ ਹੈ, ਆਪਾਂ ਆ ਜਾਓ ਆਓ, ਬੜਾ ਜ਼ੋਰ ਲਾਇਆ। ਬੇਸ਼ੱਕ ਤੁਸੀਂ ਬਹੁਤ ਦੁੱਖ ਸਹਿਆ, ਪਰ ਹੁਣ ਕਿਵੇਂ ਲੱਗਦਾ ਜੀ ਵੀ ਤੁਸੀਂ ਉਹਦੇ ਵਿੱਚ ਮੋਹਰੀ ਹੋ ਕੇ ਲੜ? ਮੋਰਚਾ ਫਤਿਹ ਕਰਕੇ ਕਿਸਾਨ ਘਰਾਂ ਨੂੰ ਵਾਪਸ ਪਰਤ ਰਹੇ ਨੇ ਅਤੇ ਕੁੰਡਲੀ ਬਾਰਡਰ ਤੋਂ ਉਹਨਾਂ ਯੋਧਿਆਂ ਨਾਲ ਤੁਹਾਨੂੰ ਮਿਲਵਾ ਰਹੇ ਹਾਂ, ਉਹਨਾਂ ਸੂਰਮਿਆਂ ਦੇ ਦਰਸ਼ਨ ਕਰਵਾ ਰਹੇ ਹਾਂ ਜਿਨ੍ਹਾਂ ਦਾ ਇਸ ਮੋਰਚੇ ਦੇ ਵਿੱਚ ਖਾਸ ਯੋਗਦਾਨ ਰਿਹਾ। ਸੋ ਉਹਨਾਂ ਵਿੱਚੋਂ ਹੀ ਇੱਕ ਸਨ ਬਾਪੂ ਸੰਤੋਖ ਸਿੰਘ ਜੀ। ਬਾਪੂ ਸੰਤੋਖ ਸਿੰਘ ਜੀ ਨੂੰ ਤੁਸੀਂ ਬਹੁਤ ਵਾਰ ਵੇਖਿਆ, ਚਰਚਿਤ ਚਿਹਰੇ ਨੇ, ਕਿਉਂਕਿ ਬਾਪੂ ਜੀ ਦੀ ਅੱਖ 'ਤੇ ਗੋਲਾ ਵੀ ਵੱਜਦਾ ਹੈ ਜਦੋਂ ਪੁਲਿਸ ਦੇ ਵੱਲੋਂ ਹਮਲਾਵਰ ਰੁੱਖ ਅਖਤਿਆਰ ਕਰ ਲਿਆ ਜਾਂਦਾ ਹੈ। ਕਹਿਣ ਦਾ ਭਾਵ ਵੀ ਸਾਡੇ ਸਬਰ ਨੂੰ ਵੀ ਪਰਖਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਜ ਉਸੇ ਸਬਰ ਦੇ ਸਦਕਾ ਸਾਡੀ ਜਿੱਤ ਹੋਈ ਹੈ। ਹਾਲਾਂਕਿ ਬਾਪੂ ਜੀ ਤਿਆਰ ਬਾਰ ਤਿਆਰ ਰਹਿੰਦੇ ਨੇ, ਬਹੁਤ ਕੁਝ ਕਰ ਸਕਦੇ ਨੇ। ਸੋ ਗੱਲਬਾਤ ਕਰਦੇ ਹਾਂ ਬਾਪੂ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ, ਕਿਉਂਕਿ ਅੱਜ ਮੋਰਚਾ ਜੇ ਫਤਿਹ ਹੋਇਆ ਤਾਂ ਉਹਨਾਂ ਦੇ ਵਿੱਚ ਯੋਧਿਆਂ ਦੇ ਵਿੱਚੋਂ ਇੱਕ ਨਾਮ ਬਾਪੂ ਸੰਤੋਖ ਸਿੰਘ ਜੀ ਹੋਰਾਂ ਦਾ ਵੀ ਨਾਮ। ਬਹੁਤ ਹੀ ਖੁਸ਼ੀ ਆ, ਪਰ ਇਹ ਮੋਰਚਾ ਫਤਿਹ ਸਾਡੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਆ, ਉਹਦੇ ਸਦਕਾ ਹੀ ਅਸੀਂ ਇੱਥੇ ਲੜੇ ਹਾਂ ਅਤੇ ਉਹਦੇ ਸਦਕਾ ਅਸੀਂ ਆਏ, ਉਹਦੇ ਸਦਕਾ ਹੀ ਸਾਡੀ ਜਿੱਤ ਆ। ਹਾਂਜੀ ਸਾਨੂੰ ਅਤੇ ਬਾਪੂ ਜੀ ਉਹ ਘਟਨਾ ਵੀ ਸਾਨੂੰ ਜ਼ਰੂਰ ਦੱਸੋ, ਕਿਸ ਤਰ੍ਹਾਂ ਵਾਪਰੀ ਸੀ ਜਦੋਂ ਤੁਹਾਡੀ ਅੱਖ ਦੇ ਉੱਤੇ ਹੋਇਆ ਸੀ, ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਆ, ਬਹੁਤ ਸਾਰੇ ਨਹੀਂ ਵੀ ਜਾਣਦੇ ਹੋਣਗੇ, ਉਹ ਘਟਨਾ ਬਾਰੇ ਵੀ ਪਹਿਲਾਂ ਸਾਨੂੰ ਦੱਸਿਓ ਜੀ। ਬੁਲਾਰਾ ਉਸੇ ਤਰ੍ਹਾਂ ਰੱਖੀ ਜਿਹੜੀ, ਹਾਂਜੀ ਕੜਕੇ ਬੁਲਾਰਾ ਸੀ। ਹਾਂਜੀ ਬੁਲਾਰਾ ਕੜਕੇ ਕੜਕੇ ਰੱਖੀ ਹੈ। ਹਾਂਜੀ ਹਾਂਜੀ। ਉਸ ਟਾਈਮ 'ਤੇ ਬੇਟਾ ਇਸ ਤਰ੍ਹਾਂ ਵੀ ਅਸੀਂ 26 ਨਵੰਬਰ ਨੂੰ ਤੁਰੇ ਸੀ ਅਤੇ 27 ਨਵੰਬਰ ਨੂੰ ਪਹੁੰਚੇ ਇੱਥੇ ਅਸੀਂ। ਪਹੁੰਚ ਕੇ ਟਰਾਲੀ ਡੱਕੀ ਆ, ਟਰਾਲੀ ਡੱਕ ਕੇ ਅਤੇ ਅਸੀਂ ਗਾੜੀ ਮਾਹੌਲ ਹੀ ਵੇਖਣਾ ਆਇਆ। ਜਦੋਂ ਅਸੀਂ ਮਾਹੌਲ ਵੇਖਣਾ ਅਤੇ ਗਾੜੀ ਇੱਥੇ ਸਟੇਜ ਲੱਗੀ ਆ, ਇੱਥੇ ਨਾਕਾ ਸੀ ਅਤੇ ਇੱਥੇ ਛੋਟੀ ਸਟੇਜ ਵੀ ਲੱਗੀ ਸੀ, ਪਰ ਅਸੀਂ ਨਾਕੇ ਵੱਲ ਬਹੁਤ ਧਿਆਨ ਦਿੱਤਾ, ਸਟੇਜ ਲੱਗੀ ਕਰਕੇ ਅਸੀਂ ਆਰਾਮ ਨਾਲ ਬੈਠਣ ਦੀ ਕੋਸ਼ਿਸ਼ ਕੀਤੀ ਵੀ ਚਲੋ ਸਟੇਜ ਲੱਗੀ, ਕੋਈ ਗੱਲ ਨਹੀਂ। ਹੁਣ ਉਸ ਟਾਈਮ 'ਤੇ ਸਾਨੂੰ ਬੈਠਣ 5-7 ਮਿੰਟ ਹੋਇਆ ਅਤੇ ਇਹਨਾਂ ਨੇ ਫਿਰ ਥਰੂ ਗਿਆ ਸੁੱਟੇ, ਉਹ ਬੱਚੇ ਹੀ ਮਾਰ ਕੇ ਛਾਲਾ ਲੰਘ ਗਏ, ਅਸੀਂ ਦੋਵੇਂ ਬੈਠੇ ਰਹੇ। ਉਹ ਦੂਸਰਾ ਸਿੰਘ ਸਾਡੇ ਤੋਂ ਪਹਿਲਾਂ ਉੱਠਿਆ, ਉੱਠ ਕੇ ਤੁਰ ਪਿਆ, ਮੈਂ ਵੀ ਵੀ ਇੱਧਰ ਆ ਜਾਓ ਬਾਬਾ ਜੀ, ਉਹ ਇੱਧਰ ਨੂੰ ਹੋਇਆ। ਮੈਂ ਉੱਠ ਕੇ ਆਪਣਾ ਸਰੀਰ ਵੇਖਿਆ ਅਤੇ ਨਜ਼ਰ ਨਹੀਂ ਸੀ ਆਉਂਦਾ ਕੁਛ ਵੀ, ਜਾਲਾ ਅੱਖਾਂ 'ਤੇ ਬਹੁਤ ਜ਼ਿਆਦਾ ਸੀ। ਅੱਗੇ ਨਾਕਾ ਸੀ, ਉੱਥੇ ਬੰਦੇ ਦੀ ਸੀ ਵੀ ਕਾਫੀ ਮਤਲਬ ਫੌਜ ਆ ਅਤੇ ਇਹਦੇ 'ਤੇ ਜਿਹੜੇ ਸੀ ਇਹਦਾ ਨਹੀਂ ਪਤਾ ਵੀ 1-2-4-10 ਵਾ। ਉਹ ਜਦੋਂ ਉਹਨਾਂ ਨੇ ਗੋਲਾ ਸੁੱਟਿਆ ਅਤੇ ਉਹ ਜਦੋਂ ਫੌਜ ਭੱਜਣ ਦੇ ਨਾਤੇ, ਫਿਰ ਅਸੀਂ ਜਦੋਂ ਖੜ੍ਹੇ ਹੋਏ ਤਾਂ ਫਿਰ ਅਸੀਂ ਵੇਖਦੇ ਹਾਂ ਮਨ 'ਚ ਇਹ ਆਇਆ ਵੀ ਅਸੀਂ ਯਾਰ ਆਰਾਮ ਨਾਲ ਬੈਠੇ ਹਾਂ ਅਤੇ ਮੈਂ ਉਹ ਪ੍ਰਸ਼ਾਸਨ ਵਾਲੇ ਸਾਨੂੰ ਕੇਸ ਛੱਡਦੇ, ਅਸੀਂ ਤਾਂ ਆਰਾਮ ਨਾਲ ਬੈਠੇ ਹਾਂ। ਮੁੜ ਕੇ ਪਰਮਾਤਮਾ ਜ਼ਿਆਦਾ ਇੰਨਾ ਫਿਰ ਗੁੱਸਾ ਆ, ਫਿਰ ਮੈਂ ਕਿਹਾ ਛੇੜਿਆ ਜਾਓ ਇੱਧਰ ਆ ਜਾਓ, ਫਿਰ ਤੁਸੀਂ ਆਪਣੀ ਕਰ ਰਹੇ ਆਪਣੀ ਕਰਾਂਗੇ। ਉਸ ਟਾਈਮ 'ਤੇ ਫਿਰ ਉਹਨਾਂ ਨੇ ਗੋਲਿਆਂ ਮੀਂਹ ਵਰਾ ਦਿੱਤਾ, ਬਹੁਤ ਗੋਲਾ ਚਾੜਿਆ ਉਹਨਾਂ, ਅਸੀਂ ਹਿਲਦੇ ਜੁਲਦੇ ਰਹੇ, ਆਪਾਂ ਆਪਣਾ ਸਰੀਰ ਸਾਂਭਦੇ ਰਹੇ, ਸਾਹ ਤਾਂ ਨਿਕਲਦਾ ਨਹੀਂ ਸੀ। ਸਾਡੇ ਅਸੀਂ ਝੰਡਾ ਹੱਥ 'ਚ, ਸ੍ਰੀ ਸਾਹਿਬ ਨੂੰ ਅਸੀਂ ਇੱਥੇ ਮੁੱਠੀ ਹੱਥ ਪਾਇਆ ਸੀ, ਉਹ ਲੋਕ 'ਚ ਲਾ ਕੇ ਤਾਂ ਮਿਆਨ ਥੱਲੇ ਡਿੱਗ ਪਿਆ ਅਤੇ ਉਹ ਮਿਆਨ ਜਿਹੜਾ ਸੀ ਇਸੇ ਹੱਥ ਹੀ ਫੜ ਲਿਆ, ਇਹ ਮੁੱਠੀ ਨੂੰ ਪਿਆ ਇਹ ਤਲਵਾਰ ਸਭ, ਇਸ ਤਰ੍ਹਾਂ ਸ੍ਰੀ ਸਾਹਿਬ ਨੰਗਾ ਆ। ਉਸ ਟਾਈਮ 'ਤੇ ਮੇਰਾ ਖਿਆਲ ਉਹਨੂੰ ਭਏ ਲੱਗਾ, ਉਸ ਟਾਈਮ 'ਤੇ ਉਹਨੂੰ ਬੰਨ੍ਹ ਕੇ ਨਿਸ਼ਾਨਾ ਮਾਰਿਆ, ਉਦੋਂ ਇੱਥੇ ਆਣ ਕੇ ਲੱਗਾ ਸਾਡੇ। ਉਸ ਟਾਈਮ 'ਤੇ ਤੁਹਾਨੂੰ ਪਤਾ ਦਰਦ 'ਤੇ ਬੋਈ, ਉਸ ਟਾਈਮ 'ਤੇ ਸਾਡੇ ਕੋਲ ਬੋਲਣ ਦੀ ਵਾਹ ਨਹੀਂ ਸੀ ਕੋਈ ਵੀ, ਸੱਚੇ ਪਾਤਸ਼ਾਹ ਕਿਰਪਾ ਕੀਤੀ, ਸਾਡੀਆਂ ਦਿੱਤਾਂ ਚੌੜੀਆਂ ਕਰਕੇ ਖੜ੍ਹ ਕੇ ਅਤੇ ਆਪਣਾ ਸਰੀਰ ਸਾਂਭ ਲਿਆ। ਉਸੇ ਟਾਈਮ ਖੂਨ ਨਿਕਲਣਾ ਸ਼ੁਰੂ ਹੋ ਗਿਆ,
ਉਹ ਨਾਲ ਦਾ ਕਹਿੰਦਾ ਵੀ ਬਾਬਾ ਭਰਾ ਹੋ ਜਾ ਤੇਰੇ ਉਹ ਛੱਡ ਥੱਲੇ ਹੋ ਗਿਆ ਸੀ, ਕਹਿੰਦਾ ਉਹ ਆ ਜਾਓ ਤੁਹਾਡੇ ਖੂਨ ਨਿਕਲਦਾ। ਬੋਲਣ ਦੀ ਬਾਅਦ ਮੈਂ ਉਹਨੂੰ ਇਸ਼ਾਰਾ ਕੀਤਾ ਵੀ ਕੋਈ ਨਹੀਂ ਨਿਕਲਦਾ ਮਿਲਦੇ ਪਿਆ ਕੋਈ ਗੱਲ ਨਹੀਂ। ਉਹ ਫਿਰ ਆਵਾਜ਼ ਮਾਰਦਾ ਬਾਬਾ ਜੀ ਮੇਰੇ ਕੋਲ ਤਾਂ ਮੈਂ ਸਹੀ ਨਾ ਪਰੇ ਨਾ ਪੂੰਝ ਲੈਂਦਾ। ਪੂੰਝ ਤੋਂ ਬਾਅਦ ਫਿਰ ਆਵਾਜ਼ ਮਾਰਦਾ ਮੈਂ ਉਦੋਂ ਤੁਰ ਪਿਆ। ਮੇਰੇ ਤੁਰਨ ਸਾਰ ਹੀ ਮੀਡੀਆ ਆ ਗਿਆ, ਉਹਨੇ ਤਾਂ ਗੱਲ ਨਹੀਂ ਕਰਦੀ, ਮੀਡੀਆ ਨੇ ਮੇਰਾ ਗਾਲੀ ਮੂੰਹ 'ਤੇ ਕਰ ਦਿੱਤਾ ਅਤੇ ਗੱਲਾਂ ਮੈਂ ਦੋ ਕਿਤੇ ਬਾਬਾ ਜੀ ਤੁਹਾਡੇ ਸੱਟ ਬਹੁਤ ਜਲਦੀ ਤੁਹਾਨੂੰ ਅਸੀਂ ਐਂਬੂਲੈਂਸ ਦਿੰਦੇ ਹਾਂ। ਮੈਂ ਕਿਹਾ ਯਾਰ ਤੁਸੀਂ ਗੱਲ ਇਹਦੇ ਨਾਲ ਕਰੋ, ਇਹ ਬੁਲਾਰਾ ਸਾਡਾ ਮੈਂ ਬੋਲਣ ਨਹੀਂ ਜਾਣਦਾ, ਅਤੇ ਤੁਸੀਂ ਇਹਦੇ ਨਾਲ ਗੱਲ ਕਰੋ ਅਤੇ ਐਂਬੂਲੈਂਸ ਦੀ ਮੈਨੂੰ ਲੋੜ ਨਹੀਂ ਆ। ਮੈਂ ਫਿਰ ਪ੍ਰੋਸ਼ਨ ਨਾਲ ਆਇਆ, ਮੈਂ ਫਿਰ ਤੁਸੀਂ ਆਵਾਜ਼ ਮੈਂ ਓ ਜਵਾਨਾ ਆਓ ਇੱਧਰ ਅਸੀਂ ਆ ਗਏ ਜੀ, ਤੁਸੀਂ ਆਪਣੀ ਕਰੋਗੇ ਅਸੀਂ ਆਪਣੀ ਕਰਾਂਗੇ, ਜੋ ਕਰਨਾ ਤੁਸੀਂ ਕਰੋ ਤੁਸੀਂ। ਉਹ ਟਾਈਮ 'ਤੇ ਸਾਨੂੰ ਕੋਈ ਜਵਾਬ ਨਹੀਂ ਆ। ਫਿਰ ਅਸੀਂ ਬੱਚਿਆਂ ਨੂੰ ਲਕੜਾ ਮਾਰਿਆ ਇਸੇ ਤਰ੍ਹਾਂ ਜ਼ੋਰ ਦੀ, ਓ ਜਵਾਨਾ ਓਏ ਆਪਾਂ ਲੜਨਾ ਆ, ਉਹ ਹੱਕ ਲੈਣਾ ਆ, ਕੀ ਕਰਦੇ ਤੁਸੀਂ ਭੱਜਣਾ ਆਪਾਂ, ਆ ਜਾਓ ਆਓ, ਬੜਾ ਜ਼ੋਰ ਲਾਇਆ। ਫਿਰ ਬੱਚੇ ਸੋਚ ਕੇ 10-15 ਬੱਚੇ ਸਾਡੇ ਲਾਏ, ਉਹਨਾਂ ਬੱਚੇ ਜਾਣ ਕੇ ਸਾਨੂੰ ਫਿਰ ਨਾਲ ਤੁਰੇ ਸੀ ਉਹਨਾਂ ਦੇ। ਜਦੋਂ ਅਸੀਂ ਕੋਲ ਪਹੁੰਚ ਗਏ ਹਾਂ, ਹੱਥ ਲੱਗੇ ਪਹੁੰਚਣ, ਆਖਿਆ ਬਾਬਾ ਜੀ ਪੱਤੀ ਬਹੁਤ ਤਿੱਖੀ ਆ ਕਿ ਹੱਥ ਨਹੀਂ ਪਾਉਣਾ। ਉਹ ਮੈਂ ਸਾਫੇ ਨਾਲ ਹੱਥ ਪਾਇਆ ਅਤੇ ਉਧਰੋਂ ਉਹਨਾਂ ਨੇ ਪਾਣੀ ਦੀ ਆਵਾਜ਼ ਪਛਾੜ ਵੀ ਛੱਡ ਦਿੱਤੀ ਅਤੇ ਅੱਖੋਂ ਗਾਇਬ ਛੱਡ ਦਿੱਤੀ। ਉਹ ਸਾਥੋਂ ਹਿੱਲਿਆ ਨਹੀਂ, ਮੈਂ ਆਖਿਆ ਬੱਚੇ ਵਾਜੋ ਯਾਰ ਪਛਾਣ ਜੋ, ਉਹ ਸਾਰੇ ਪਛਾਣ ਗਏ। ਉਸੇ ਦੌਰਾਨ ਕਿ ਫਿਰ ਲੜਕੇ ਮਾਰੇ ਬੜੇ ਜ਼ੋਰ ਦੀ, ਲੜਕੇ ਮਾਰ ਕੇ ਫਿਰ ਬੱਚੇ ਸਾਡੇ ਕੋਲ ਆਏ ਆ ਕੋਈ 35-50 ਦੇ ਕਰੀਬ। ਉਹ ਜਦੋਂ ਬੱਚੇ ਆਏ ਤਾਂ ਉਹਨਾਂ ਫਿਰ ਆਖਿਆ ਬਾਬਾ ਜੀ ਤੁਸੀਂ ਠਹਿਰ ਜਾਓ, ਅਸੀਂ ਜਾਣੀ ਸਾਡਾ ਕੰਮ ਜਾਣੇ। ਉਹਨਾਂ ਬੱਚੇ ਨੇ 10 ਕੁ ਮਿੰਟਾਂ ਦੇ ਵਿੱਚ ਖਿਲਾਰਾ ਪਾ ਦਿੱਤਾ, ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ। ਮੈਨੂੰ ਨਹੀਂ ਪਤਾ ਲੱਗਿਆ ਕਿਉਂ, ਮੇਰਾ ਨਿਗਾਹ ਤਾਂ ਹੈ ਹੀ ਨਹੀਂ ਸੀ ਵੀ ਇਹ ਆਖ ਜਿਹੜੀ ਮਾੜੀ ਮੋਟੀ ਤੇ ਇਹ ਵੀ ਮਤਲਬ ਸੋਚ ਬਹੁਤ ਪੈ ਗਈ। ਮੀਡੀਆ ਕੋਲ ਖਲੋਤਾ ਸੀ, ਉਹ ਫਿਰ ਆ ਜਾਂਦੇ ਬਾਬਾ ਜੀ ਆਲੀ ਕੰਧ ਕੀਤੀ ਤਾਂ ਕੀ ਕਰਨਾ ਜਿਹੜਾ ਆਰ ਪਾਰ ਦਾ। ਮੈਂ ਬੇਟਾ ਪਾ ਨੂੰ ਕੀ ਜਾਂਦੀ ਆ, ਆਉਂਦੇ ਬਾਬਾ ਲੰਘਣਾ ਕਹਿੰਦੀ ਆ, ਮੈਂ ਚੱਲਣ ਦਿਓ ਫਿਰ ਕਿਵੇਂ ਦੇ ਜੇ। ਉਹਨਾਂ ਬੱਚੇ ਨੇ ਕਿਤੇ ਮਾਰੇ ਤਾਂ ਕਿ 5-2 ਮਿੰਟਾਂ ਜੋ ਖਿਲਾਰ ਕੇ ਆ ਗਏ। ਫਿਰ ਆ ਗਿਆ ਬਾਬਾ ਜੀ ਆਪਾਂ ਪੱਟੀ ਕਰਾਈ ਜਾਓ। ਫਿਰ ਮੀਡੀਆ ਨੇ ਗੱਲ ਚੱਲਦੀ ਸਾਡੀ, ਉਹਨਾਂ ਪੁੱਛਦਾਛ ਕੀਤੀ। ਫਿਰ ਅਸੀਂ ਬਾਅਦ 'ਚ ਤੁਰੇ, ਪੱਟੀ ਕਰਾਉਣ ਤੁਰੇ ਥੱਲੇ ਨੂੰ ਹੋਇਆ ਤਾਂ ਇੱਕ ਰੇਹੜੀ ਖਲੋਤੀ ਸੀ, ਬੱਚਾ ਲਿਖਿਆ ਖਲੋਤਾ ਸੀ, ਉਹਨੇ ਵੀਡੀਓ ਤਾਂ ਧੋ ਕੇ 2 ਗੋਲੀਆਂ ਦੇ ਦਿੱਤੀਆਂ। ਤਾਂ ਮੈਂ ਉਹਨੂੰ ਆਖਿਆ ਓਏ ਇਹ ਕੀਤਾ ਜੀ, ਇਹ ਰਾਮਾ ਜੂ, ਉਹਨੇ ਹੱਥ ਜੋੜ ਤੇ ਇਹਨੂੰ ਕੀ ਆਖਣਾ ਸੀ, ਉਹਦਾ ਕੀ ਕਸੂਰ ਸੀ। ਅਸੀਂ ਫਿਰ ਆਣ ਕੇ ਪ੍ਰਾਈਵੇਟ ਪੱਟੀ ਕਰਾਈ, ਜਦੋਂ ਪੱਟੀ ਕਰਾਏ ਤਾਂ ਫਿਰ ਅਸੀਂ ਟਰਾਲੀ ਚੱਲ ਗਏ ਹਾਂ, ਅਤੇ ਟਰਾਲੀ ਫਿਰ ਬੱਚੇ ਮਤਲਬ ਚਲੋ ਪੁੱਛਦੇ ਸੀ ਰਹੇ ਉਹ ਕੋਈ ਕੀ ਹੋ ਗਿਆ ਕੀ ਹੋ ਗਿਆ, ਹੋਣਾ ਕੀ ਸੀ, ਮੈਂ ਕੰਮ ਦਾ ਹੋਣਾ ਉਦੋਂ ਹੋ ਗਿਆ। ਅਤੇ ਉਦੋਂ 3 ਟਾਂਕੇ ਲੱਗੇ ਇੱਥੇ ਅਤੇ ਦਾਰੂਆਂ ਦੇ ਦਿੱਤਾ, ਅਤੇ ਫਿਰ ਸਵੇਰ ਨੂੰ ਬਿਮਾਰੀ ਕਿਰਪਾ ਹੋ ਗਈ ਸੀ ਵੀ ਕੈਂਪ ਵੀ ਲੱਗ ਗਏ, ਲੰਗਰ ਵੀ ਖੁੱਲ੍ਹ ਗਏ। ਅਤੇ ਉਹ ਫਿਰ ਸਵੇਰ 'ਤੇ ਅਸੀਂ ਉੱਠ ਕੇ ਫਿਰ ਤੁਰੇ ਮਾਰੀ, ਬੜੀ ਕਿਰਪਾ। ਉਸ ਟਾਈਮ ਤਾਂ ਜਿਹੜਾ ਦਰਦ ਹੋਈ ਆ ਮੁੜ ਕੇ ਚੀਜ਼ ਨਹੀਂ ਪਈ ਆਖ ਨੂੰ। ਅਤੇ ਸਫਲ ਹੋ ਗਿਆ ਜੀ ਮੋਰਚਾ ਵੀ, ਅਤੇ ਅੱਜ ਉਹ ਤੁਹਾਡੇ ਬੇਸ਼ੱਕ ਤੁਸੀਂ ਬਹੁਤ ਦੁੱਖ ਸਹਿਆ, ਪਰ ਹੁਣ ਕਿਵੇਂ ਲੱਗਦਾ ਜੀ ਵੀ ਤੁਸੀਂ ਉਹਦੇ ਵਿੱਚ ਮੋਹਰੀ ਹੋ ਕੇ ਲੜਿਓ ਜੀ? ਬੇਟਾ ਦੁੱਖ ਤਾਂ ਮਹਿਸੂਸ ਕੀਤਾ ਨਹੀਂ, ਆਪਾਂ ਸੰਘਰਸ਼ ਆ, ਜੇ ਦੁੱਖ ਨੂੰ ਨਹੀਂ ਸੰਘਰਸ਼ ਨਹੀਂ ਲੜਦੇ, ਕਿਉਂ ਦੁਸ਼ਮਣ ਟੱਕਰ ਲਈ ਆ ਤਾਂ ਫਿਰ ਉਹਦੇ ਦੁੱਖ ਦੇ। ਸਿੰਘ ਨੂੰ ਤਾਂ ਦੁੱਖ ਦੀ ਗੱਲ ਕਹਿਣਾ ਵੀ ਮੇਰਾ ਖਿਆਲ ਸਵਾਲ ਗਲਤ ਹੋਊਗਾ। ਉਹ ਤਾਂ ਮੈਨੂੰ ਤਾਂ ਮਤਲਬ ਉਸ ਟਾਈਮ ਦੇ ਜਦੋਂ ਦੇ ਕੇ ਆਖਦੇ ਦੇ ਵਿੱਚੋਂ ਗੱਲਬਾਤ ਕਰਦੇ ਵੀ ਬਾਬਾ ਜੀ ਮੋਰਚੇ ਵੀ ਢਿੱਲਾ ਵਾ, ਉਦੋਂ ਸਮਝਦਾ ਇਹ ਗੱਲ ਕਿਹਨੂੰ ਕਿਉਂ ਹੋਏ, ਬੜਾ ਕਰੋਧ ਸੀ ਵੀ ਮੋਰਚੇ ਢਿੱਲੀ ਗੱਲ ਨਹੀਂ ਕਰਨੀ। ਅਤੇ ਫਿਰ ਬੱਚੇ ਆਉਂਦੇ ਸੀ, ਬੱਚਿਆਂ ਦੇ ਨਾਲ ਫਿਰ ਗੱਲਬਾਤ ਚੱਲਦੀ ਸੀ, ਅਤੇ ਬੱਚਿਆਂ ਨੂੰ ਫਿਰ ਇਹੋ ਕਹੀਦਾ ਵੀ ਨਹੀਂ ਕੋਈ ਗੱਲ ਨਹੀਂ, ਕਦੇ ਲੀਡਰਾਂ ਦੇ ਬਾਰੇ ਉਹਨਾਂ ਕਰਨੀ ਇਹ ਨਹੀਂ ਤੁਰਦੇ, ਕਿਉਂ ਸਮਾਂ ਜਿਹੋ ਜਿਹਾ ਲੰਘ ਗਿਆ, ਸਮਾਂ ਲੰਘਿਆ ਵੀ ਬਹੁਤ। ਫਿਰ ਕਰੋਨੇ ਦੀ ਆੜ ਵਿੱਚ ਸਰਕਾਰ ਨੇ ਕੀ ਕੁਛ ਕੀਤਾ, ਬਹੁਤ ਰਾਹ ਚੜਾਏ ਆ, ਪਰ ਸੱਚੇ ਪਾਤਸ਼ਾਹ ਕਿਰਪਾ ਮਨ ਨਹੀਂ ਡੋਲਿਆ। ਇੰਨਾ ਬੱਚਿਆਂ ਨੂੰ ਆਖਣਾ ਨਹੀਂ ਕੋਈ ਗੱਲ ਨਹੀਂ, ਲਾ ਚਲਾ ਕਰ ਲੈਣੇ, ਫਿਰ ਮੁੜ ਕੇ ਖੜੇ ਉੱਥੇ ਹੋਣਾ ਵੀ ਸਤਿਗੁਰ ਦੇ ਹੱਥ 'ਚ ਵਾ। ਵਾਹ ਜੀ ਵਾਹ। ਅਤੇ ਹੁਣ ਇਸ ਮੋਰਚੇ ਤੋਂ ਸਿੱਖਿਆ ਕੀ ਲੈਣੀ ਹੈ ਜੀ, ਨੌਜਵਾਨਾਂ ਨੂੰ ਬੱਚਿਆਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ ਜੀ? ਸਿੱਖਿਆ ਤਾਂ ਇਹ ਹੈ ਵੀ ਵੇਖੋ ਸੱਚੇ ਪਾਤਸ਼ਾਹ ਕਿਰਪਾ ਵੀ ਤੇ ਸਾਨੂੰ ਸਾਰਿਆਂ ਨੂੰ ਇੱਕ ਕਰ ਦਿੱਤਾ, ਇਹ ਕਿਸ ਬਰਕਤ ਆ, ਇੱਕ ਹੁਣ ਦੀ ਸਾਨੂੰ ਜ਼ਰੂਰਤ ਆ। ਸਰਕਾਰ ਨੇ ਫੁੱਟ ਪਾ ਕੇ ਹਿੰਦੂ ਮੁਸਲਮਾਨ ਸਿੱਖ ਇਸਾਈ ਦਾ ਪਹਿਰਾ ਲਾ ਕੇ ਵੋਟਾਂ ਲਈਆਂ ਤਾਂ ਸਾਨੂੰ ਕੁੱਟਿਆ ਵੀ ਤਾਂ ਲੁੱਟਿਆ ਵੀ, ਇਸ ਵਾਸਤੇ ਤਾਂ ਇਕੱਠ ਹੋਇਆ, ਇਕੱਠ ਸਾਡੀ ਜਿੱਤ ਹੋਈ ਆ। ਇਕੱਠ ਰੱਖਣ ਦੀ ਸਾਨੂੰ ਬਹੁਤ ਜ਼ਰੂਰਤ ਆ, ਕੋਈ ਸਿੱਖ ਨਹੀਂ ਕੋਈ ਮੁਸਲਮਾਨ ਨਹੀਂ, ਸਾਰੇ ਉਹਦੇ ਸਰੀਰ ਆ, ਇਹਦੇ ਸਾਨੂੰ ਇਕੱਤਰਤਾ ਦੀ ਲੋੜ ਆ। ਅਤੇ ਗਾੜੀ ਦਾ ਗੰਧਲਿਆ ਸਮਾਜ ਵਾ ਸਾਡਾ, ਬਹੁਤ ਗੰਧਲਿਆ ਵਾ, ਇਸ ਸਮਾਜ ਨੂੰ ਗਾੜੀ ਉਤਸ਼ਾਹ ਦੇਣ ਵਾਸਤੇ ਸਵਾਰਨ ਵਾਸਤੇ ਸਾਡੇ ਨੌਜਵਾਨ ਅੱਗੇ ਆਉਣ, ਅੱਗੇ ਆਣ ਕੇ ਅਸੀਂ ਬਜ਼ੁਰਗਾਂ ਅਤੇ ਜਾਨੀ ਅਸੀਂ ਬੱਚੇ ਜਿਹੜੇ ਇਹ ਗਾੜੀ ਆਉਣ, ਇਹਨਾਂ ਨੂੰ ਇਹ ਸਮਾਜ ਸਜਣ ਦੀ ਕੋਸ਼ਿਸ਼ ਕਰਨ, ਸਮਾਜ ਤਾਂ ਹੀ ਬਦਲਿਆ ਜਾਊਗਾ, ਸਾਡੇ ਨੌਜਵਾਨ ਪੀੜ੍ਹੀ ਉੱਠੂਗੀ। ਅਤੇ ਕਿ ਸੰਘਰਸ਼ ਜਿਹੜੇ ਆ ਇਹ ਜਿਹੜਾ ਵੀ ਆਪਣੇ ਮੁੱਕ ਗਏ, ਅਜੇ ਤਾਂ ਸ਼ੁਰੂ ਆ ਗਾ। ਇਹ ਸਿੱਖ ਕੌਮ ਦੇ ਜਿਹੜੇ ਆ ਤੁਹਾਨੂੰ ਪਤਾ ਵੀ ਹਰ ਇੱਕ 'ਤੇ ਚੁੱਭਦਾ ਵਾ, ਆਖ ਹਰ ਇੱਕ ਦੀ ਮੰਦੀ ਆ, ਪਰ ਇਹ ਸੱਚੇ ਪਾਤਸ਼ਾਹ ਕੌਮ ਹਰ ਨਹੀਂ ਸਕਦੀ, ਨਾ ਹਰੀ ਨਾ ਹਰੂਗੀ। ਅਤੇ ਜਿਹੜੇ ਹੁਣ ਸਾਡੇ ਨੌਜਵਾਨ ਫੜੇ ਆ
ਵੇਖੋ ਕਿੰਨਾ ਚਿਰ ਸਜ਼ਾ ਕੱਟੀਆਂ ਨੂੰ ਬਾਹਰ ਨਹੀਂ ਆਉਂਦਾ ਜੀ, ਉਹਨਾਂ ਵਾਸਤੇ ਸ਼ਿਕਾਰੀ ਜਾਰੀ ਰਹੂਗਾ। ਫਿਰ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਨੂੰ ਬਾਦਲ ਪਰਿਵਾਰ ਤੋਂ ਯਾਦ ਕਰਾਉਣ, ਇਹ ਬੜੀ ਗੱਲ ਆ। ਅਗਲਾ ਸੰਘਰਸ਼ ਉੱਧਰ ਹੋਊਗਾ ਜੀ, ਜ਼ਰੂਰ ਹੋਊਗਾ ਜੀ। ਸੋ ਬਿਲਕੁਲ ਜੀ, ਇਹ ਬਾਪੂ ਸੰਤੋਖ ਸਿੰਘ ਜੀ ਯੋਧੇ ਨੇ, ਸੂਰਮੇ ਨੇ, ਔਰ ਇਹਨਾਂ ਕਰਕੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਕਰਕੇ ਅੱਜ ਸਾਡੇ ਮੋਰਚੇ ਦੀ ਫਤਿਹ ਹੋਈ ਹੈ। ਅਤੇ ਅਸੀਂ ਜ਼ਰੂਰ ਸਿੱਖਣਾ, ਅਸੀਂ ਮਾਣ ਵੀ ਮਹਿਸੂਸ ਕਰਦੇ ਹਾਂ, ਕਿਉਂਕਿ ਸਾਨੂੰ ਤਾਂ ਲੱਗਦਾ ਵੀ ਅਸੀਂ ਤਾਂ ਇੰਟਰਵਿਊ ਕਰੀ ਜਾਂਦੇ, ਪਰ ਆਉਣ ਵਾਲੇ ਜਦੋਂ ਸਮੇਂ ਦੇ ਵਿੱਚ ਸਾਡੇ ਬੱਚੇ ਇਸ ਅੰਦੋਲਨ ਦੀ ਗੱਲ ਕਰਨਗੇ ਤਾਂ ਸਾਡੇ ਬੱਚਿਆਂ ਨੂੰ ਵੀ ਜਦੋਂ ਪੁੱਛਿਆ ਜਾਏਗਾ ਤਾਂ ਉਹ ਦੱਸਣਗੇ ਵੀ ਸਾਡੇ ਮਾਪੇ ਖੁਦ ਇਹਨਾਂ ਬਜ਼ੁਰਗਾਂ ਦੀ ਛਤਰ ਛਾਇਆ ਦੇ ਵਿੱਚ ਰਹੇ ਆ, ਤਾਂ ਉਹ ਵੀ ਮਾਣ ਮਹਿਸੂਸ ਕਰਨਗੇ। ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਸੁਭਾਗੇ ਹਾਂ ਜੋ ਅਜਿਹੇ ਸੂਰਮਿਆਂ ਦੇ ਨਾਲ ਔਰ ਅਜਿਹੇ ਯੋਧਿਆਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਅਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅਸੀਂ ਵੀ ਇਹਦੇ ਵਿੱਚ ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰ ਰਹੇ ਹਾਂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।